ਧਾਲੀਵਾਲ ਸਾਹਿਬ, ਅੱਜ ਜਿਹੜੀ ਇੱਕ ਮੀਟਿੰਗ ਵੀ ਤੁਹਾਡੇ ਵੱਲੋਂ ਕੀਤੀ ਗਈ ਹੈ, ਕਿਵੇਂ ਵੇਖਦੇ ਹੋ? ਕਿਉਂਕਿ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਹੁਣ ਉਹ ਵੀ ਮੈਦਾਨ 'ਚ ਆ ਚੁੱਕੇ ਨੇ। ਦੇਖੋ, ਸਾਡੀ ਪਾਰਟੀ ਦੇ 16 ਤਰੀਕ ਨੂੰ ਟਿਕਟ ਸਾਹਮਣੇ ਆਪਾਂ, ਅੱਜ 15 ਤਰੀਕ ਹੋ ਗਈ, ਸਾਹਮਣੇ ਇੱਕ ਮਹੀਨੇ 'ਚ ਅਸੀਂ ਇੱਕ ਗੇਟ ਦੀ ਕੰਪੇਨ ਜਿਹੜੀ ਪੂਰੀ ਕਰ ਲਈ। ਹਲਕੇ ਹਲਕਾਵਾਜ਼ ਮੀਟਿੰਗਾਂ ਕਰ ਲਈਆਂ, ਹੁਣ ਅਸੀਂ ਲੋਕਲ ਮੀਟਿੰਗਾਂ ਸ਼ੁਰੂ ਕੀਤੀਆਂ। ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ 13 ਜ਼ੀਰੋ, ਸਾਡੇ ਵੱਲੋਂ ਕੈਂਡੀਡੇਟ ਕੌਣ ਆਉਂਦਾ ਕੌਣ ਨਹੀਂ ਆਉਂਦਾ ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਹੈ। ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ CM ਸਾਹਿਬ ਨੇ 2 ਸਾਲ ਦਾ ਜਿਹੜਾ ਕੰਮ, 2 ਸਾਲ ਦਾ ਰਿਪੋਰਟ ਕਾਰਡ, 75 ਸਾਲ ਵਸਤ 2 ਸਾਲ, ਇਹਦੇ ਆਧਾਰ 'ਤੇ ਇਲੈਕਸ਼ਨ ਲੜੇ ਔਰ ਅੰਮ੍ਰਿਤਸਰ 'ਚ ਬੜੀ ਵੱਡੀ ਲੀਡ ਜਿੱਤ ਲਈ। ਧਾਲੀਵਾਲ ਸਾਹਿਬ, ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਿਰ ਨੇ, ਤਰਨਜੀਤ ਸਿੰਘ ਸੰਧੂ ਨੇ, ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਤਾਂ ਹੀ ਹਾਂ, ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦੇਵਾਂਗਾ, BJP ਸਰਕਾਰ ਬੜੀ ਵੱਡੀ ਦੇਣ ਦੇਵੇਗੀ, ਕਿਵੇਂ ਵੇਖਦੇ ਉਹਨਾਂ ਨੂੰ? ਕਿੰਨੀ ਉਮਰ ਹੈ ਤੁਹਾਡੀ? ਕਿੰਨੀ ਉਮਰ ਹੋਈ ਦੱਸ? ਮੇਰੀ 28 ਸਾਲ। 28? ਅੱਜ ਤੋਂ 20-25 ਸਾਲ ਪਹਿਲਾਂ ਸਿੱਧੂ ਸਾਹਿਬ ਆਏ, ਤੁਸੀਂ ਨਿਕਲੇ ਗਏ। ਸਿੱਧੂ ਸਾਹਿਬ ਨੂੰ ਲਿਆ ਕੇ ਬੜਾ ਵੱਡਾ ਖਿਡਾਰੀ ਆ BJP ਵਾਲੇ, ਸੇਮ ਸ਼ਬਦ ਜੋ ਅੱਜ ਇਹ ਵਕਤ ਨੇ ਇਹੀ ਉਹਦਾ ਸਿੱਧੂ ਬੋਲਦਾ ਸੀਗਾ। 10 ਸਾਲ ਉਹਨੇ ਕੁਝ ਨਹੀਂ ਕੀਤਾ ਠੋਕੋਦਾਰੀ, ਉਸ ਤੋਂ ਬਾਅਦ ਜੇਤਲੀ ਸਾਹਿਬ ਨੂੰ ਲਿਆ, ਉਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਬੋਲਦੇ ਕਿ ਅਸੀਂ ਅੰਮ੍ਰਿਤਸਰ ਦਾ ਇੱਦਾਂ ਕਰ ਦਿਆਂਗੇ, ਇੱਦਾਂ ਕਰ ਦਿਆਂਗੇ। ਜੇਤਲੀ ਸਾਹਿਬ ਹਰ ਕੇ ਵਿੱਤ ਮੰਤਰੀ ਬਣੇ, ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਹਰਦੀਪ ਪੁਰੀ ਜੀ ਨੂੰ ਲੈ, ਉਹੀ ਸ਼ਬਦ ਜਿਹੜੇ ਸਿੱਧੂ ਦੇ ਜੇਤਲੀ ਵਰਤਦਾ ਸੀ, ਉਹੀ ਹਰਦੀਪ ਪੁਰੀ ਵਰਤਦਾ ਸੀਗਾ ਕਿ ਅਸੀਂ ਇੱਦਾਂ ਕਰਦੇ ਹਾਂ, ਇੱਦਾਂ ਕਰਦੇ ਹਾਂ। 5 ਸਾਲ ਲੰਘ ਗਏ, 0 ਰਿਪੋਰਟ, ਉਹੀ ਸ਼ਬਦ ਹੁਣ ਇਹ ਤਰਨਜੀਤ ਸਿੰਘ ਸੰਧੂ ਇੰਟਰਡਿਊਸ ਕਰਦੇ, ਕਰਨਾ ਕਦੋਂ ਦਾ ਕੁਛ ਨਹੀਂ। ਸਵਾਲ ਇਹ ਹੈ ਕਿ 10 ਸਾਲ ਦਾ ਰਾਜ ਲੰਘ ਗਿਆ BJP, ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਹੈ, ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ 'ਚ BJP ਨੇ ਪੰਜਾਬ ਦਾ ਕੀ ਕੀਤਾ, ਜਿਹੜੇ 740 ਕਿਸਾਨ ਸ਼ਹੀਦ ਕੀਤੇ ਆ, ਪੰਜਾਬ ਦੇ ਫੰਡ ਰੋਕ ਕੇ ਬੈਠੀ ਹੈ BJP। ਸੰਧੂ ਸਾਹਿਬ ਉਹਦੀ ਗੱਲ ਕਰ ਸਰ, ਆਹ ਨਾ ਕਹਿਣ ਦੀ ਅਸੀਂ ਆਹ ਬਣਾ ਦੇਵਾਂਗੇ, ਜੇ ਬਣਾ ਦੇਵਾਂਗੇ, ਉਹ ਬੜੇ ਚਿਰ ਦੇ ਹਵਾਈ ਕਿਲੇ ਬਹੁਤ ਚਿਰ ਦੇ ਬਣਦੇ। ਸਾਡੇ ਵੱਲੋਂ ਮੰਤਰੀ ਬਣਾ ਦੇਣ, ਸਾਡੇ ਵੱਲੋਂ ਸੰਤਰੀ ਬਣਾ ਦੇਣ, BJP ਸਰਕਾਰ ਵੱਲੋਂ ਤੇ ਕਿ ਕੰਡਿਆਲੀ ਤਾਰ ਤੋਂ ਪਾਰ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾ ਸਕਦਾ ਆਪਣੀ ਜ਼ਮੀਨਾਂ ਦੇ ਵਿੱਚ ਜੀਰੋ ਲੈਂਡ ਟੈਕਸ। ਪਿਛਲੇ ਮਤਲਬ 1.5 ਸਾਲ CM ਸਾਹਿਬ ਨੇ, ਭਗਵੰਤ ਮਾਨ ਜੀ ਨੇ ਅੰਮ੍ਰਿਤ ਸ਼ਾਹ ਦੇ ਨਾਲ, ਮੋਦੀ ਦੇ ਨਾਲ ਇਸ ਕੰਮ ਲਈ 3-4 ਮੀਟਿੰਗਾਂ ਕੀਤੀਆਂ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦਿਓ ਜਾਂ ਆਪਣੀ ਤਾਰ ਚੁੱਕ ਕੇ ਬਿਲਕੁਲ 0 ਲਾਈਨ ਚ ਲੈ, ਵੀ ਜਿਹੜਾ ਵਿੱਚ ਜ਼ਮੀਨ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ। ਅੱਜ ਤੋਂ 5 ਮਹੀਨੇ ਪਹਿਲਾਂ ਇਹ ਜਿਹੜਾ ਫੈਸਲਾ ਹੋਇਆ ਅੰਮ੍ਰਿਤ ਸ਼ਾਹ ਜੀ ਦਾ ਤੇ ਮਾਨ ਸਾਹਿਬ ਦਾ, ਵੀ ਅਸੀਂ 0 ਲਾਈਨ ਤੇ ਲੈ ਜਾਂਦੇ ਹਾਂ, ਉਦੋਂ ਕੰਮ ਮਾਨ ਸਾਹਿਬ ਨੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ। ਇਹ ਤਾਂ ਵਿਚਾਰੇ ਹੁਣ ਵੇਖਣ ਗਏ ਨਾ ਕਿ ਮਤਲਬ ਕਿੱਥੇ 0 ਲਾਈਨ ਕਿੱਥੇ ਕੀ ਹੈ। BJP ਨੇ ਕੀ ਦੋਵਾਂ ਦਿੱਤਾ ਜੀ 4 ਮਹੀਨੇ ਪਹਿਲਾਂ? ਸਾਡੀ ਇੱਕ ਬਿਗ ਪ੍ਰੋਬਲਮ ਹੈ ਸਰ, ਨਸ਼ੇ ਵਾਲੀ ਜਿਹੜੀ ਪ੍ਰੋਬਲਮ ਹੈ, ਅਸੀਂ ਇੱਕ ਕੰਡੇ ਵਾਲੀ ਥਾਂ, ਇੱਕ ਜਿਹੜਾ ਡਰੋਨ, ਦੋ ਚੀਜ਼ਾਂ ਬਾਰ ਬਾਰ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆਂ ਤੇ ਹੋਮ ਮਿਨਿਸਟਰ ਟ੍ਰਾਇਲ ਕਰ ਰਹੇ ਉੱਥੇ ਪਠਾਨਕੋਟ। ਉਹ ਕਹਿੰਦੇ ਜੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋੜ ਫੋੜ ਪੋਤ ਤੱਕ ਕੰਡੇ ਵਾਲੀ ਥਾਂ ਨੂੰ 0 ਤੋਂ ਲੈ ਲਾਂ। BJP ਦੀ ਕੀ ਪ੍ਰਾਪਤੀ? ਨਸ਼ੇ ਨੂੰ ਲੈ ਕੇ ਕਿਵੇਂ ਵੇਖਦੇ ਹੋ? ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ ਖਾਸ ਦਸੰਬਰ ਤੱਕ ਖਤਮ ਹੋ ਜਾਊ।
ਸਾਡੇ ਲੋਕ ਸਭਾ ਗ੍ਰਾਮ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਧਾਰੀਵਾਲ, ਕੈਬਨਿਟ ਮਿਨਿਸਟਰ ਪੰਜਾਬ, ਜਿਹਨਾਂ ਲੋਕ ਸਭਾ ਦੇ ਕੈਂਡੀਡੇਟ ਬਣਾਇਆ ਗਿਆ। ਸੋ ਅੱਜ ਇਹਨਾਂ ਦੇ ਦਫ਼ਤਰ ਦਾ ਉਦਘਾਟਨ ਰਣਜੀਤ ਐਵੀ ਨੇ ਉਹ ਕੀਤਾ ਗਿਆ। ਸਾਰੇ ਸਾਡੇ MLA ਸਾਹਿਬਾਨ ਇਸ ਮੌਕੇ ਮੌਜੂਦ ਰਹੇ, ਜ਼ਿਲ੍ਹਾ ਪ੍ਰਧਾਨ ਮੌਜੂਦ ਰਹੇ, ਬਲੋਕ ਇੰਚਾਰਜ, ਵਾਰਡ ਪ੍ਰਧਾਨ, ਸਾਰੇ ਜਿਵੇਂ ਵੱਡੀ ਗਿਣਤੀ ਵਿੱਚ ਜਿਹੜਾ ਇਕੱਠ ਹੋਇਆ। ਸੋ ਸਾਰਿਆਂ ਦਾ ਜਿਹੜਾ ਇਹ ਇਕੱਠ ਆ ਉਹ ਦੱਸਦਾ ਕਿ ਏਕਤਾ ਅਤੇ ਅਖੰਡਤਾ ਜਿਹੜੀ ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ। ਸੋ ਵਲੰਟੀਅਰ ਸਾਹਿਬਾਨ ਵਿੱਚ ਬਹੁਤ ਖੁਸ਼ੀ ਪਾਈ ਗਈ ਹੈ ਕਿ ਲੋਕਲ ਦਫ਼ਤਰ ਜਿਹੜਾ ਲੋਕ ਸਭਾ ਦਾ ਮਸਰੀਰ ਦੇ ਵਿੱਚ ਖੋਲ੍ਹਿਆ ਗਿਆ। ਸੋ ਇੱਥੋਂ ਤੱਕ ਈਜ਼ਲੀ ਅਪਰੋਚ ਵਾਲਾ ਏਰੀਆ, ਨਾ ਹੀ ਭੀੜ ਭਾੜ ਵਾਲਾ ਏਰੀਆ, ਨਾ ਹੀ ਇਹ ਤੰਗ ਸੜਕਾਂ ਵਾਲਾ ਏਰੀਆ। ਸੋ ਇਹ ਬਹੁਤ ਈਜ਼ਲੀ ਬਾਈਪਾਸ ਦੇ ਬਿਲਕੁਲ ਕੋਲ ਏਰੀਆ। ਸੋ ਇਸ ਤੋਂ ਹੀ ਸਾਰੇ ਹਲਕੇ ਦੀ ਜਿਹੜੀ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਕਮਾਂਡ ਜਿਹੜੀ ਉਹ ਚਲਾਈ ਜਾਊਗੀ। ਕਿਵੇਂ ਵੇਖਦੇ ਹੋ ਜਿਹੜੇ ਆਉਣ ਵਾਲੇ ਦਿਨ ਹੈਗੇ, ਕਿਉਂਕਿ ਹਰ ਇੱਕ ਪਾਰਟੀ ਨੇ ਵੱਡੇ ਜਿਹੜੇ ਦਾਅਵੇਦਾਰੀਆਂ ਉਮੀਦਵਾਰ ਵੀ ਸਾਰੇ ਜਿਹੜੇ ਸਾਰੇ ਅੱਗੇ ਡਿਕਲੇਅਰ ਹੋ ਗਏ ਨੇ। ਗੁਰਜੀਤ ਸਿੰਘ ਔਜਲਾ ਜੋ ਫਿਰ ਤੋਂ ਇੱਕ ਵਾਰ ਕਾਂਗਰਸ ਤੋਂ ਸੀਟ ਲੜਨਗੇ, ਕਿੰਨੀ ਕੁ ਵੱਡੀ ਚੁਣੌਤੀ ਸਮਝਦੇ? ਦੇਖੋ ਜੀ, ਇਹ ਸਾਡੇ ਵਾਸਤੇ ਕੋਈ ਵੱਡੀ ਚੁਣੌਤੀ ਨਹੀਂ, ਕਿਉਂਕਿ ਆਪਾਂ ਤਾਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਇਹ ਕਿੰਨੀਆਂ ਦੇਖੀਆਂ। ਸੋ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਰਿਜ਼ਲਟ ਆਇਆ ਤੁਸੀਂ ਦੇਖਿਆ, ਪੰਜਾਬ ਦੇ ਵਿੱਚ 92 MLA ਬਣ ਗਏ, ਕਿੰਨਾ ਬਣਾਏ ਲੋਕਾਂ ਨੇ, ਇਹ ਲੋਕਤੰਤਰ ਦੀ ਜਿੱਤ ਆ। ਸੋ ਅੱਜ ਵੀ ਇਹ ਲੋਕਤੰਤਰ ਦੀ ਜਿੱਤ ਹੋਣੀ ਆ। ਜੇ ਤਾਨਾਸ਼ਾਹ BJP ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਅਤੇ ਹੋਰ ਵੀ ਉਹਨਾਂ ਦੇ ਮੰਤਰੀਆਂ ਨੂੰ ਜਿਹੜੇ ਨਾ ਬਿਨਾਂ ਕਸੂਰੋਂ ਬਿਨਾਂ ਕਿਸੇ ਸਬੂਤਾਂ ਦੇ ਆਧਾਰ 'ਤੇ ਜਿਹੜੇ ਉਹ ED ਨੇ ਅਰੈਸਟ ਕਰਕੇ ਜੇਲ੍ਹ 'ਚ ਭੇਜੇ ਗਏ ਆ, ਇਹ ਇੱਕ ਤਾਨਾਸ਼ਾਹੀ ਰਾਜ ਦੀ ਨਿਸ਼ਾਨੀ ਹੈ। ਸੋ ਅਸੀਂ ਇਸ ਤਾਨਾਸ਼ਾਹੀ ਰਾਜ ਦੇ ਖਿਲਾਫ਼ ਜਿਹੜੇ ਲੋਕਾਂ ਦੀ ਆਵਾਜ਼ ਆ, ਉਹ ਲੋਕ ਸਭਾ ਸੀਟ ਅੰਮ੍ਰਿਤਸਰ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਇਹ ਉੱਭਰ ਕੇ ਆਏਗੀ। ਸੋ ਇਸ ਤਾਨਾਸ਼ਾਹ BJP ਸਰਕਾਰ ਦੇ ਖਿਲਾਫ਼ ਇਹ ਇੱਕ ਬਹੁਤ ਵੱਡਾ ਕਦਮ ਹੈ। ਸੋ ਇੰਡੀਆ ਅਲਾਇੰਸ ਦੀ ਜਿੱਤ ਹੋਈ।